ਅੱਜ ਤੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਾਨੂੰ ਇਹ ਸਟੈਪ ਨਾ ਚੁੱਕਣਾ ਆਇਆ। ਅਸੀਂ ਤਾਂ ਲੋਕਾਂ ਨੂੰ ਸੜਕਾਂ 'ਤੇ ਬੈਠਿਆਂ ਨੂੰ ਉਠਾਉਣ ਵਾਲੇ ਹਾਂ ਕਿ ਸਾਨੂੰ ਸੜਕਾਂ 'ਤੇ ਨਾ ਆਉਣਾ ਪਏ, ਸਾਡਾ ਮਸਲਾ ਇੱਦਾਂ ਹੀ ਹੱਲ ਹੋਵੇ। ਮਾਝੇ 'ਚ ਕੀ ਸਾਰੇ ਪੂਰੇ ਪੰਜਾਬ ਦੇ ਵਿੱਚ ਸਾਡੇ ਮੁਲਾਜ਼ਮਾਂ ਨਾਲ ਇਹਨਾਂ ਅਫਸਰਾਂ ਨੇ ਧੱਕਾ ਕੀਤਾ, ਜਿਹੜੇ ਅਫਸਰ ਇਹਨਾਂ ਦੇ ਇਹਨਾਂ ਸ਼ੇਰਾਂ ਦੇ ਪਿੱਛੇ ਲੁੱਕ ਕੇ ਬਚਦੇ ਸੀ ਜਦੋਂ ਗੋਲੀ ਚੱਲਦੀ। ਜਿਨ੍ਹਾਂ ਦੇ ਚੁੱਲ੍ਹੇ ਬੁੱਝੇ ਨੇ ਇਹਨਾਂ ਦੇ ਚੁੱਲ੍ਹੇ ਬਲਦੇ ਕੀਤੇ ਜਾਣ ਜੀ। ਸਰਕਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਵੀ ਹੈ, ਜੇ ਨਹੀਂ ਕਰਨਗੇ ਤਾਂ ਫਿਰ ਦੂਜੇ ਰੋਗ ਵੀ ਹੋਣਾ ਪਏਗਾ, ਤਾਂ ਹੋਵਾਂਗੇ ਸਰਕਾਰਾਂ ਦੇ ਨਾਲ ਜੀ। ਕਰਕੇ ਆਇਆ ਨੌਕਰੀ ਅਤੇ ਅਸੀਂ ਇਹਨਾਂ ਅਫਸਰਾਂ ਦੇ ਧੱਕੇ ਤੁਰੇ ਫਿਰਨ ਡੇ ਹਾਂ, ਸਾਡੇ ਬੱਚਿਆਂ ਨੂੰ ਥੋੜ੍ਹਾ ਪਤਾ ਵੀ ਸਾਡਾ ਆਰਡਰ ਨਾਲ ਕੀ ਕਹਾਣੀਆਂ ਵਾਪਰੀਆਂ। ਅਸੀਂ ਸਰਕਾਰ ਕੋਲੋਂ ਇੱਕੋ ਮੰਗ ਰੱਖਦੇ ਹਾਂ ਵੀ ਰਿਕਾਰਡ ਤੁਹਾਡੇ ਕੋਲ ਸਾਰਾ ਦੇ ਚੁੱਕੇ ਹਾਂ, ਇਹ DGP ਸਾਹਿਬ ਕੋਲ ਵੀ ਆ, ਇਹ DGP ਦਫ਼ਤਰ ਵੀ ਹੈਗਾ ਵਾ, CM ਦੀ ਰੈਜੀਡੈਂਸ 'ਤੇ ਵੀ ਪਹੁੰਚ ਚੁੱਕਿਆ ਸਾਡਾ ਰਿਕਾਰਡ। ਰਿਕਾਰਡ ਮੰਗਣ ਦੀ ਖੇਚਲ ਤੁਸੀਂ ਇੱਕ ਵਾਰ ਵਾਰ ਗ੍ਰਾਂ ਕਰਤਾ, ਇਹਨਾਂ ਅੱਤਵਾਦ ਤੁਹਾਡਾ ਲੜਾਈ ਲੜੀ ਆ, ਇਹੋ ਅਫਸਰ ਜਿਹੜੇ ਟੱਟੀਆਂ ਨਿਕਲ ਜਾਂਦੀਆਂ ਇਹਨਾਂ ਦੀਆਂ। ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਹੰਗਾਮੀ ਮੀਟਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਨਾਲ ਲੱਗਦੇ ਕਸਬਾ ਪਿੰਡ ਨਿੱਕੇ ਘੁੰਮਣ ਵਿਖੇ ਕੀਤੀ ਗਈ। ਇਹ ਮੀਟਿੰਗ ਪੰਜਾਬ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਮੀਟਿੰਗ ਵਿੱਚ ਪੰਜਾਬ ਵੱਲੋਂ ਬਾਰਡਰ ਜ਼ੋਨ ਵਿੱਚ ਪੈਂਦੇ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਬਟਾਲਾ, ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਵੱਖ ਵੱਖ ਕੇਸਾਂ ਵਿੱਚ ਹੋਏ ਗੈਰ ਹਾਜ਼ਰ ਕਾਰਨ ਬਰਖਾਸਤ ਹੋਏ ਕਰਮਚਾਰੀਆਂ ਵੱਲੋਂ ਕੀਤੀ ਗਈ। ਇਹ ਮੀਟਿੰਗ ਤਪ ਅਸਥਾਨ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਿਖੇ ਰੱਖੀ ਗਈ, ਜਿਸ ਵਿੱਚ ਇਹ ਮੰਗ ਸਰਕਾਰ ਅੱਗੇ ਅਤੇ DGP ਪੰਜਾਬ ਅੱਗੇ ਰੱਖੀ ਗਈ ਕਿ ਜਿਸ ਤਰ੍ਹਾਂ ਬਾਕੀ ਪੁਲਿਸ ਕਰਮਚਾਰੀ ਸਜ਼ਾ ਜਾਫਤਾ ਕਰੀਬ 120-125 ਰੱਖੇ ਗਏ ਹਨ ਕਿ ਅਤੇ ਸਜ਼ਾ ਜਾਫਤਾ ਮੁਲਾਜ਼ਮਾਂ ਨੂੰ ਪੈਨਸ਼ਨਾਂ ਵੀ ਲਗਾਈਆਂ ਗਈਆਂ ਹਨ, ਇਹ ਬਰਖਾਸਤ ਕਰਮਚਾਰੀਆਂ ਨੂੰ ਵੀ ਜਲਦ ਤੋਂ ਜਲਦ ਬਹਾਲ ਕਰਕੇ ਜਿਨ੍ਹਾਂ ਦੀ ਨੌਕਰੀ 20 ਸਾਲ ਤੋਂ ਉੱਪਰ ਹੋਈ ਹੈ ਉਹਨਾਂ ਨੂੰ ਬੰਦੇ ਹੱਕ ਪੈਨਸ਼ਨ ਸਾਰੇ ਵਿੱਤੀ ਲਾਭ ਦਿੱਤੇ ਜਾਣ। ਪੁਲਿਸ ਪਰਿਵਾਰ ਐਸੋਸੀਏਸ਼ਨ ਵੱਲੋਂ ਅਤੇ ਅਹੁਦੇਦਾਰਾਂ ਵੱਲੋਂ ਇਹ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਆਪਣੇ ਸੰਘਰਸ਼ ਹੋਰ ਵੀ ਤਿੱਖੇ ਕਰਨੇ ਪੈਣਗੇ। ਪੱਤਰਕਾਰ ਕੇਵਲ ਟੋਸ਼ ਦੀ ਖਾਸ ਰਿਪੋਰਟ, ਲਾਈਟ ਆਫ ਨੇਸ਼ਨ, ਬਟਾਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਹ ਗੱਲ ਕਿਉਂਕਿ ਸਾਰੇ ਪੰਜਾਬ 'ਚ ਸਾਡੀ ਮੀਟਿੰਗ ਹੋ ਚੁੱਕੀ ਹੈ, ਦੁਆਬੇ 'ਚ ਵੀ ਹੋ ਚੁੱਕੀ, ਮਾਲਵੇ 'ਚ ਵੀ ਹੋ ਚੁੱਕੀ ਹੈ, ਪਰ ਮਾਝੇ ਏਰੀਏ ਦੇ ਵਿੱਚ ਅਸੀਂ ਆਏ ਨਹੀਂ ਸੀ ਮੀਟਿੰਗ ਵਾਸਤੇ। ਉਹ ਇਸ ਕਰਕੇ ਅੱਜ ਮੀਟਿੰਗ ਰੱਖੀ ਗਈ ਕਿਉਂਕਿ ਮਾਝੇ ਦੇ ਵਿੱਚ ਵੀ ਸਾਡੇ ਮੁਲਾਜ਼ਮਾਂ ਨਾਲ ਧੱਕਾ ਹੋਇਆ। ਮਾਝੇ 'ਚ ਕੀ ਸਾਰੇ ਪੂਰੇ ਪੰਜਾਬ ਦੇ ਵਿੱਚ ਸਾਡੇ ਮੁਲਾਜ਼ਮਾਂ ਨਾਲ ਇਹਨਾਂ ਅਫਸਰਾਂ ਨੇ ਧੱਕਾ ਕੀਤਾ, ਜਿਹੜੇ ਅਫਸਰ ਇਹਨਾਂ ਦੇ ਇਹਨਾਂ ਸ਼ੇਰਾਂ ਦੇ ਪਿੱਛੇ ਲੁੱਕ ਕੇ ਬਚਦੇ ਸੀ ਜਦੋਂ ਗੋਲੀ ਚੱਲਦੀ। ਔਰ ਸਭ ਤੋਂ ਪਹਿਲਾਂ ਸਾਰਾ ਖਤਰਨਾਕ ਏਰੀਆ ਮਾਝਾ ਸੀ, ਇੱਧਰ ਕੋਈ SSB ਨਹੀਂ ਲੱਗਦਾ, ਕੋਈ SHO ਨਹੀਂ ਲੱਗਦਾ ਵੀ ਮੈਂ ਇੱਧਰ ਨਹੀਂ ਲੱਗਣਾ। ਤਾਂ ਇਹਨਾਂ ਦੀ ਅੱਜ ਤੱਕ ਸਰਕਾਰ ਤੱਕ ਕੋਈ ਆਵਾਜ਼ ਉਠਾਉਣ ਵਾਲਾ ਨਹੀਂ ਸੀ, ਔਰ ਨਾ ਸਰਕਾਰ ਤੱਕ ਆਵਾਜ਼ ਉਠਾਈ ਅਤੇ ਸਰਕਾਰ ਤੱਕ ਪਹੁੰਚੀ ਨਹੀਂ। ਔਰ ਇਸੇ ਸੰਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਸੀ ਕਿ ਮਾਝੇ ਵਾਲਿਆਂ ਦੀ ਕਿ ਪੂਰੇ ਪੰਜਾਬ ਦੀ ਅਸੀਂ ਜਦੋਂ ਵੀ ਹੈ ਮੀਟਿੰਗ ਹੁਣ ਕਰ ਰਹੇ ਹਾਂ, ਪੰਜਾਬ ਲੈਵਲ ਦੀ ਕਰ ਰਹੇ ਹਾਂ ਕਿ ਸਾਰੀਆਂ ਹੀ ਸਰਕਾਰਾਂ ਕੋਲ, ਕਿਉਂਕਿ ਪਹਿਲੀਆਂ ਸਰਕਾਰਾਂ ਨੇ ਆਪਣਾ ਟਾਈਮ ਕੱਟਿਆ, ਕੱਟ ਕੇ ਗਾਂਹ ਗਏ, ਚਲੋ ਜੀ ਹੁਣ ਕਹਿੰਦੇ ਜੀ ਸਾਨੂੰ ਤੁਸੀਂ ਦੱਸਿਆ ਨਹੀਂ। ਉਹ ਤੁਸੀਂ ਇਹ ਤਾਂ ਕਦੇ ਅਫਸਰ ਨੂੰ ਕਿਸੇ ਨੂੰ ਕੋਈ ਕਿਹਾ ਨਹੀਂ ਤੁਸੀਂ ਕਿ ਇਹਨਾਂ ਨਾਲ ਧੱਕਾ ਕੀਤਾ, ਇਹਨਾਂ ਦੀ ਸੁਣ ਲਓ। ਕੁਛ ਦਿਨ ਪਹਿਲਾਂ ਮੈਂ ਚੰਡੀਗੜ੍ਹ ਗਏ ਸੀ, ਸਾਨੂੰ ਅਫਸਰਾਂ ਨੇ ਬੁਲਾਇਆ ਸੀ, ਸੀਨੀਅਰ ਅਫਸਰਾਂ ਨੇ, ਸਾਡੇ ADGP ਅਰਪਿਤ ਸ਼ੁਕਲਾ ਜੀ, ਉਸ ਤੋਂ ਬਾਅਦ ADGP ਜਤਿੰਦਰ ਸਿੰਘ ਔਲਖ ਜੀ, ਇਹਨਾਂ ਨੇ ਬੁਲਾਇਆ ਔਰ ਇਹਨਾਂ ਨੇ ਔਲਖ ਸਾਹਿਬ ਨੇ ਪ੍ਰੋਪਰਲੀ ਸਾਡੀ ਪੂਰੀ A to Z ਗੱਲਬਾਤ ਸੁਣੀ। ਮੈਂ ਦੱਸਿਆ, ਮੈਂ ਕਿਹਾ ਜੀ ਆਹ ਹੋ ਰਹੀ, ਮੈਂ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦਾ ਔਰ ਮੈਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਵੀ ਇਹ ਗੱਲ ਕਹਿੰਦਾ ਕਿ ਬੰਦੇ ਬਣ ਜਾਓ, ਇੱਕ ਵਾਰੀ ਨੋਟ ਕਰ ਲੈਣ ਗੱਲ, ਜੇ ਮੇਰੀ ਸੁਣਦੇ ਹੋ ਨਾ ਅਫਸਰ ਚਾਹੇ ਔਨ ਡਿਊਟੀ ਵਾਲੇ, ਜੇ ਕਿਤੇ ਕੋਈ ਫੜਿਆ ਜਾਂਦਾ ਤਾਂ ਮੈਂ ਉਹਨੂੰ ਸਪੈਸ਼ਲ ਗੱਲ ਕਹਾਂਗਾ ਵੀ ਉਹਨੂੰ ਛਡਾਉਣ ਦੀ ਕਿਸੇ ਦੀ ਕੋਸ਼ਿਸ਼ ਨਾ ਕਰਿਓ ਉਹਨਾਂ ਨੂੰ, ਕਿਉਂਕਿ ਜੇ ਇਹਨਾਂ ਨੂੰ ਸ਼ਰਮ ਲਾ ਲਈ ਨਾ ਹੁਣ, ਲੱਖ ਲੱਖ ਤੋਂ ਘੱਟ ਤਨਖਾਹ ਨਹੀਂ ਕਿਸੇ ਦੀ, ਅਤੇ ਫੜੇ ਕਿੰਨੇ ਜਾਂਦੇ, 5000 ਜਾਂ 500 'ਚ, ਉਹ ਸ਼ਰਮ ਕਰੋ। ADD ਸੋਹਣੀ ਤੁਹਾਨੂੰ ਵਰਦੀ ਦਿੱਤੀ ਹੈ, ਉਹ ਕਿਤੇ ਇੱਧਰ ਵੀ ਦੇਖੋ, ਕਿਤੇ ਜਦੋਂ ਗੋਲੀਆਂ ਵਰਦੀਆਂ ਸੀ ਉਹ ਆਪਣੇ ਮਾਂ ਪਿਓ ਵੱਲ ਧਿਆਨ ਮਾਰੋ ਵੀ ਉਹਨਾਂ ਨੇ ਤੁਹਾਨੂੰ ਕਿੱਦਾਂ ਭਰਤੀ ਕਰਾਇਆ, ਕਿੱਦਾਂ ਤੁਸੀਂ ਟ੍ਰੇਨਿੰਗ ਕੀਤੀ, ਕਿੱਦਾਂ ਤੁਹਾਡੇ ਜਿੱਦਣ ਹੁਣ ਇਹ ਜਦੋਂ ਦਾ ਅਸੀਂ ਇਹ ਰੌਲਾ ਤਾਂ ਪਾਤਾ ਵੀ ਕਿਸੇ ਮੁਲਾਜ਼ਮ ਨੂੰ ਡਿਸਮਿਸ ਨਾ ਕਰਿਓ, ਅਫਸਰਾਂ ਨੇ ਇਸ ਗੱਲ ਦੇ ਉੱਤੇ ਪੈਰ ਰੱਖ ਲਿਆ, ਡਿਸਮਿਸ ਵਾਲਾ ਪਾਸਾ ਦੇ ਦਿੱਤਾ ਬੰਦ ਕਰ, ਪਰ ਜੇ ਉਹ ਸਾਡਾ ਰੌਲਾ ਪਾਇਆ ਤਾਂ ਉਸ ਰੌਲੇ ਪਾਏ ਦਾ ਸਾਡਾ ਇਹ ਫਾਇਦਾ ਇਹ ਲੈ ਰਹੇ ਨੇ, ਉਹ ਲੈ ਅਫਸਰਾਂ ਨੇ ਸਾਨੂੰ ਬਚਾ ਹੀ ਦੇਣਾ ਸੀ। ਆਹ ਜਿਹੜੇ ਬੈਠੇ ਨਾ ਬੱਬਰ ਸ਼ੇਰ ਨਾ, ਇਹਨਾਂ ਨੂੰ ਪੁੱਛ ਕੇ ਦੇਖੋ ਵੀ ਇਹਨਾਂ ਦਾ ਕਿੱਡਾ ਕ੍ਰਾਈਮ ਕੀਤਾ, ਕੋਈ 4 ਦਿਨ ਦੀ ਐਬਸੈਂਟ, ਕੋਈ 10 ਦਿਨ ਦੀ, ਕੋਈ 15 ਦਿਨ ਦੀ, ਅਤੇ ਵਿਦਾਊਟ ਐਨੀ ਇਨਕੁਆਇਰੀ 311 2 ਲਾ ਕੇ ਜੀ ਡਿਸਮਿਸ ਕਰਤਾ। ਮੈਂ ਉਸ ਦਿਨ ADGP ਸਾਹਿਬ ਔਲਖ ਸਾਹਿਬ ਨਾਲ ਮੇਰੀ ਇਕੱਲਿਆਂ ਦੀ ਪ੍ਰੋਪਰਲੀ ਪੂਰੀ ਮੀਟਿੰਗ ਹੋਈ, ਮੇਰੇ ਇਕੱਲਿਆਂ ਨੂੰ ਪੁੱਛੇ ਉਹਨੇ ਵੀ ਅਸਲੀ ਮਸਲਾ ਕੀ ਹੈ ਜੀ, ਔਰ ਮੈਂ ਇਕੱਲੀ ਇਕੱਲੀ ਗੱਲ ਦਾ ਉਹਨਾਂ ਨੂੰ ਡਿਟੇਲ ਨਾਲ ਡਿਫਾਈਨ ਕੀਤਾ ਵੀ ਇਹਦੇ 'ਚ ਆਹ ਗੱਲ ਹੈ, ਆਹ ਚੀਜ਼ ਹੈ, ਆਹ ਗੱਲ ਬਾਰੇ, ਔਰ ਮੈਂ ਕਰਪਸ਼ਨ ਦਾ ਵੀ ਕਹਾਂਗਾ ਕਿ ਕਰਪਸ਼ਨ ਵੀ ਚੱਲ ਰਹੀ ਸਾਡੇ ਮਹਿਕਮੇ ਦੇ ਵਿੱਚ,
वो यार करप्शन लैके बंदे बहाल हो रहे ने, एक बंदे ने उ सेम केस डिसमस है और दूजा बहाल हो रहा, यदा मतलब करप्शन नहीं तो की कहोंगे इनू, क्योंकि तुम सारे हो, तुम दसो करप्शन नहीं कहोंगे तो की कहोंगे, ठीक है ना जी। सरकार को असी मंग रखते हाँ कि जे पहलियां सरकार ने इन्हों गऊआं नूं कहोंगे इन्हां गरीबों बेचारियां जे धक्का करके इन्हां नूं घरे बिठाता तो घट तो घट इन्हां दी सुण ते लो। इन्हां नूं मैं कहना भी इन्हां तो बिना पुछियां तो बगैर मैं पिछला बेनीफिट कोई नहीं मंगता, मैं इन्हां तो बिना पुछियां बगैर मैं कहना इन्हां को सारे को एफीडवा दवा देना, पर इन्हां नूं ड्यूटी ते हाजिर कर लो जिन्हां दी बनदी नौ। मैं गुरविंदर सिंह घूमर जनरल सैकटरी पुलिस परिवार वैलफेयर एसोसीएशन, अज की यह मीटिंग उन्हां वीरां दी रखी गई जिहड़े वीर डिसमिस पेंट कुछ कारणों करके जो महकमे तो अफसर के धक्के का शिकार होए ने, उन्होंने वीर दुख तकलीफा सुनिया। प्रधान साहब मेरे वीर जी आए, वे सलाहकार साहब आए ने, अपने राजकुमार जी होर मेरे जिला प्रधान आए ने, तो माझा जोन के प्रधान बलजीत सिंह वीर जी भी आए ने, तो इन सारे ने बैठ के समस्या का सुनिया ने, तो अही सरकार को इको मंग रखते हैं भी रिकॉर्ड तेजे को सारा दे चुके हैं, ए डी जी पी साहब को भी आ, ए डी जी पी दफ्तर भी हैगा वा, सीएम की रेजिडेंस से भी पहुँच चुका साडा रिकॉर्ड, रिकॉर्ड मंगने की खिचल तुम कि बार बार क्यों करते जी, इन गरीबों नूं बहाल करो, जरा इन न्याणे भुखे आ, नौकरियां नहीं होंडियां, बेचारे बच्चे जे तुरे फिर फीसा नहीं तारियां जान दियां, की गलां करता इन्ना अतवाद तुहाडा लड़ाई लड़ी आ, इहो अफसर जिहड़े टट्टियां निकल जांदियां इन्हां दियां, इहो अफसर लुकदे ही इन्हां दे मगर वी सानूं बचाओ, उन्हां अफसरां नूं डिसमिस करता वा, की तां की माड़ा किया इन्हां बेचारियां ने, इहो गलां किया वी तुहाडी सुरक्षा की आ। यह मेरी बेनती है सरकार नूं, सीएम साहब ने भी उदों साडे नाल कमिटमेंट की सीगी कि साडी सरकार आलां दो असीं सारे बहाल कर देने आ, सीएम साहब नूं डी जी पी साहब नूं मेरी हाथ जोड़ के बेनती आ, इन्हां विचारियां दा सोचो कुछ, इन्हां दे वर्दियां पवाओ, ये विचारे अपने परिवार पालन, इन्हां दे चुल्हे बलदे करो, ये धक्का सही नहीं चलूगी, अगर ना कीती तो असीं तुहानूं इक मंग पत्र देवांगे, उस तों बाद मंत्रियां दा घराओ करांगे, मंत्रियां दा घरों निकलना बंद कर देंगे, बंदे वांगू इन्हां सारे वीरां नूं नौकरी ते बहाल करा दो। सरकार अगे यो मंग है भी इन्होंने तुरंत बहाल किया जाए, इन्हों बढ़ते बकाए तो तरक्या दिखाई जान, इन बहाल करके इन बेचारियों की रोटी पानी का रुजगार शुरू करे शुरू करिए, उस तो अपना तो अपने बच्चे पढ़ा सकन, लोगों के इन्हों बच्चे बेचारे नलायक रह गए, कोई पढ़ाई नहीं चंगी तरह हुई, तनखावं नहीं मिली, कोई दुध वेच के गुजारा कर दिया, कोई दिहाड़ी कर दिया वा, मैं तो इन्होंने यह भी बेनती की आ, जो दिहाड़ी जाता उन्हें वर्दी पा के जाओ, पता लगे पुलिस की किन्नी बेइज्जती होंगी आ अफसर की धक्के शाही, यह बंदे है जिन्हें घर रोटी नहीं वीर जी रात ये तो व्डा धक्का हो दसो की किया, ये सारे जिन्हें अफसर इन्होंने जायदाद चंडीगढ़ बना लिया ठगिया मार मार के सब कर, चंडीगढ़ थोड़े दिन देखो डी जी पी फड़या गया, डी जी पी की चैकिंग होगी किन्ने अफसर फड़े गए, उन्होंने कोई तीन अफसर इस टाइम तो मेरी नॉलेज रजिंद्र सोल सदा भुपिंदर सिंह एस एस पी फाजिलका जिन्होंने सज़ा हुई आ, वह नौकरियां कर रही, इन्होंने बेचारे का कसूर की आहो की छोटे रैंक देने, शर्म करनी चाहिए जारी अफसर बहाल, मेरी तो डी जी पी साहब सी एम साहब हाथ जोड़ के बेनती आ, इन्होंने तुरंत बहाल करो, नहीं किया घराओ करा कहने जी, जिन्हें आ जवान जिन्हों के चुल्हे बुझे ने इन्होंने चुल्हे बलदे किए जाने जी, सरकार अगर हाथ जोड़ के बेनती भी है, जो नहीं करे तो फिर दूजे लोग भी होना पेगा तो होवोंगे सरकार के नाल जी, धन्यवाद जी। अगला संघर्ष होएगा जी, वो तो जिते जाम लाना पेगा जाम लावे जी, जो सरकार के उल्ट सू चलना पेगा चलेंगे जी, सानू बहाल किया जाए जी, साढ़े चुल्हे पुजे ने साडे बच्चे सू अपने मुंडिया कही पुत शहर की करनी चलना, तो आते भी तू कड़ा करके आया नौकरी, तो अं इन अफसर के धक्के तुरे फिर साडे बच्चों ने थोड़ा पता भी साढ़े आड़ ने की कहानियां वापर गई। सब तो पहला प्रेस का मैं बहुत बहुत धन्यवादी हाँ जिन्हें समा क्ड के इतने अज साडे शमूलियत की, मैं एसोसीएशन का पुलिस परिवार वैलफेयर एसोसीएशन का जरा एडवाइजर हाँ, टोटल रिकॉर्ड जोड़ा मैं मेनटेन करके प्रधान के नाल जाके नाल होर भी अहदेदार गए ही, साढ़े सबका डी एस पी हरजिंद्रपाल आनंद, वाइस प्रेजिडेंट बलजीत सिंह चंडीगढ़ अं दो तीन बारी जा चुके हैं, सारा रिकॉर्ड जिन्हें बंदे अपने टोटल है कोई गैर हाजर ज़्यादा ज़्यादा बंदे जोड़े गैर हाजर है वो थोड़ी थोड़ी गैर हाजरी है, एवं तीन तीन इन्ह के एलीगेशन लाते हैं, पहला इन्हों बेचारे तनखावं कट लिया, मुड़ के इन्हों की सर्विस भी कट ली, तीजा इन्हें डिसमिस करता, ये कितों का रूल आ, सानू भी रूल सिखाए गए और दस साल किन्ने साल हो गया बेचारे ये घर बैठे थे,
किन्ने परेशान है और दो दो इन्होंने जेड़े आ कानून बनाए आ एक बंदा सजा वाला 120 बंदे सजा वाले आ जो नौकरी कर रहे हैं और किन्ने बंदे इन्होंने पांच पांच सत्त सत्त साल वाले जेड़े आ वह सजा वाले बंदे जेड़े ऑन ड्यूटी आ ये गैर हाजर जिन्हों की सात साल दो दो साल सज़ा वह घर बैठे आ ये किहड़ा कानून बनाता अफसर ने मैनू तो कुछ समझ नहीं लगती। इन्हां बेचारियां ने गरीबां बंदियां ने हाई कोर्ट कई ने केस पाए आ वो कितों पैसे लैन बच्चे पालन ज हाई कोर्ट भुगतन सरकार तो यह मंग है मेरी भी जिदा बाकी रखे है ना बंदे गै अपने दूजा सजा जा पीए जूजे उदा इन्हों भी सारे नौकरी तो किया जाए।